ਤਾਂ ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਮਸ਼ਹੂਰ ਪੰਜਾਬੀ ਬਿਲਡਰ ਦਾ ਕਤਲ ਕਰ ਦਿੱਤਾ ਗਿਆ ਏ। ਦਿਨ ਦਿਹਾੜੇ ਗੋਲੀਆਂ ਮਾਰੀਆਂ ਗਈਆਂ ਨੇ ਪੰਜਾਬੀ ਬਿਲਡਰ ਬੂਟਾ ਸਿੰਘ ਗਿੱਲ ਨੂੰ। ਤਸਵੀਰ ਦਿਖਾ ਰਹੇ ਹਾਂ ਤੁਹਾਨੂੰ, ਇਹ ਉਹ ਕਰੋੜਪਤੀ ਹੈ ਜਿਸਨੇ ਕੈਨੇਡਾ ਦੇ ਵਿੱਚ ਜਾ ਕੇ ਪੰਜਾਬ ਦਾ ਨਾਂ ਤਾਂ ਰੋਸ਼ਨ ਕੀਤਾ ਹੀ, ਪੰਜਾਬ ਦੇ ਲਈ ਵੀ ਬਹੁਤ ਕੁਝ ਕੀਤਾ ਇਸ ਸ਼ਖਸ ਨੇ। ਤਾਂ ਇਸਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਏ ਉਸਾਰੀ ਵਾਲੀ ਥਾਂ ਤੇ, ਜਿੱਥੇ ਬਿਲਡਿੰਗ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਉਸ ਥਾਂ ਤੇ ਜਿਹੜੀ ਸਾਈਟ ਦਾ ਇੰਸਪੈਕਸ਼ਨ ਕਰਨ ਗਿਆ ਸੀ ਬੂਟਾ ਸਿੰਘ ਗਿੱਲ, ਕਿਉਂਕਿ ਬਿਲਡਰ ਹੈ, ਵੱਡੀ ਵੱਡੀ ਬਿਲਡਿੰਗਾਂ ਬਣਾਉਂਦੇ ਸੀ, ਬੂਟਾ ਸਿੰਘ ਗਿੱਲ ਇੰਸਪੈਕਸ਼ਨ ਕਰਨ ਗਿਆ ਸੀ, ਤਾਂ ਉਸਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਤਾਂ ਦੱਸ ਦਈਏ ਕਿ ਕੈਨੇਡਾ ਦੇ ਗੁਰਦੁਆਰਾ ਨਾਨਕ ਸਿੰਘ ਟੈਂਪਲ ਦਾ ਵੀ ਚੇਅਰਮੈਨ ਸੀ ਬੂਟਾ ਸਿੰਘ ਗਿੱਲ, ਤਾਂ ਪਿੰਡ ਲਾਂਦਰਾਂ ਦਾ ਰਹਿਣ ਵਾਲਾ ਸੀ, ਫਲੌਰ ਦੇ ਨੇੜੇ ਪਿੰਡ ਆਉਂਦਾ ਇਹ ਪਿੰਡ ਲਾਂਦਰਾਂ, ਜਿੱਥੋਂ ਦਾ ਰਹਿਣ ਵਾਲਾ ਸੀ ਬੂਟਾ ਸਿੰਘ, ਜਿਸਦੀ ਹਵੇਲੀ ਕੋਠੀ ਤੁਹਾਨੂੰ ਦਿਖਾ ਰਹੇ ਹਾਂ। ਕਾਫੀ ਵੱਡਾ ਸ਼ਖਸ ਸੀ, ਕਾਫੀ ਪੈਸਿਆਂ ਵਾਲਾ ਧਨਾੜ ਸੀ। ਤਾਂ ਦੱਸ ਦਈਏ ਕਿ ਮਿਲਵੁੱਡ ਰੀਕ ਸੈਂਟਰ ਦੇ ਨੇੜੇ ਬੂਟਾ ਸਿੰਘ ਦੀ ਲਾਸ਼ ਮਿਲੀ ਹੈ, ਬਿਲਡਿੰਗ ਉਸਾਰੀ ਵਾਲੀ ਥਾਂ ਤੇ ਇਸ ਨੂੰ ਗੋਲੀਆਂ ਮਾਰੀਆਂ ਗਈਆਂ ਨੇ। ਤਾਂ ਵੱਡੀ ਖਬਰ ਹੈ, ਬੇਹੱਦ ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ। ਹਾਲਾਂਕਿ ਇਸ ਕਤਲ ਦੀ ਜ਼ਿੰਮੇਵਾਰੀ ਹੁਣ ਤੱਕ ਕਿਸੇ ਨੇ ਨਹੀਂ ਲਈ ਹੈ, ਜਾਂ ਹੁਣ ਤੱਕ ਕਿਸੇ ਵੀ ਗਰੁੱਪ ਜਾਂ ਫਿਰ ਪੁਰਾਣੀ ਰੰਜਿਸ਼ ਕੋਈ ਵੀ ਹਾਲੇ ਤੱਕ ਗੱਲ ਸਾਹਮਣੇ ਨਹੀਂ ਆਈ। ਪਰ ਵੱਡੀ ਖਬਰ ਹੈ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਪੰਜਾਬੀ ਮਸ਼ਹੂਰ ਕਰੋੜਪਤੀ ਦਾ ਕਤਲ ਕਰ ਦਿੱਤਾ ਗਿਆ ਹੈ। ਤਾਂ ਪੰਜਾਬ ਦਾ ਨਾਂ ਰੋਸ਼ਨ ਕਰਨ ਵਾਲਾ ਬੂਟਾ ਸਿੰਘ ਗਿੱਲ, ਜਿਸ ਦੀ ਲਾਸ਼ ਮਿਲੀ ਹੈ ਮਿਲਵੁੱਡ ਰਿਕ ਸੈਂਟਰ ਦੇ ਕੋਲ। ਤਾਂ ਦੱਸ ਦਈਏ ਕਿ ਬੂਟਾ ਸਿੰਘ ਇੱਕ ਵੱਡਾ ਕਾਰੋਬਾਰੀ ਸੀ ਕੈਨੇਡਾ ਦੇ ਵਿੱਚ, ਵੱਡੀਆਂ ਵੱਡੀਆਂ ਇਮਾਰਤਾਂ ਇਸ ਦੇ ਵੱਲੋਂ ਬਣਾਈਆਂ ਗਈਆਂ। ਪੰਜਾਬ ਦਾ ਨਾਂ ਇਸਨੇ ਕਾਫੀ ਉੱਚੀ ਥਾਂ ਤੇ ਪਹੁੰਚਾ ਦਿੱਤਾ, ਜਿਸ ਤੋਂ ਬਾਅਦ ਕਈ ਲੋਕ ਜਲਨ ਵੀ ਲੱਗ ਗਏ ਸੀ ਇੱਥੋਂ, ਕਿਉਂਕਿ ਤੁਹਾਨੂੰ ਪਤਾ ਹੀ ਹੈ ਨਿੱਕੀ ਥਾਂ ਤੋਂ ਉੱਠ ਕੇ, ਫਲੌਰ ਜੈਸੇ ਸ਼ਹਿਰ ਚੋਂ ਉੱਠ ਕੇ ਸ਼ਖਸ ਨੇ ਕੈਨੇਡਾ ਦੇ ਵਿੱਚ ਆਪਣਾ ਨਾਂ ਬਣਾਇਆ। ਇੰਨਾ ਵੱਡਾ ਨਾਮ ਸੀ ਬੂਟਾ ਸਿੰਘ ਗਿੱਲ ਦਾ, ਜਿਹੜਾ ਕਿ ਗੁਰਦੁਆਰਾ ਨਾਨਕ ਸਿੰਘ ਟੈਂਪਲ ਕਮੇਟੀ ਦਾ ਚੇਅਰਮੈਨ ਵੀ ਸੀ, ਤਾਂ ਇਸਦਾ ਕਤਲ ਕਰ ਦਿੱਤਾ ਗਿਆ ਹੈ, ਉਹ ਵੀ ਦਿਨ ਦਿਹਾੜੇ ਗੋਲੀਆਂ ਮਾਰ ਕੇ। ਤਾਂ ਵੱਡੀ ਖਬਰ ਹੈ, ਕੈਨੇਡਾ ਦੇ ਐਡਮਿੰਟਨ ਸ਼ਹਿਰ ਦਾ ਰਹਿਣ ਵਾਲਾ ਸੀ ਮਸ਼ਹੂਰ ਬਿਲਡਰ ਬੂਟਾ ਸਿੰਘ ਗਿੱਲ, ਜਿਸਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਹੈ। ਤਾਂ ਬਿਲਡਿੰਗ ਦੀਆਂ ਤੁਹਾਨੂੰ ਤਸਵੀਰਾਂ, ਉਸਦੇ ਘਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਤਾਲਾ ਲੱਗਿਆ ਹੋਇਆ ਹੈ ਕਿਉਂਕਿ ਪੂਰਾ ਪਰਿਵਾਰ ਹੀ ਕੈਨੇਡਾ ਦੇ ਵਿਖੇ ਰਹਿੰਦਾ ਹੈ, ਸਾਰੇ ਰਿਸ਼ਤੇਦਾਰ ਕੈਨੇਡਾ ਦੇ ਵਿਖੇ ਰਹਿੰਦੇ ਨੇ। ਉਸਦਾ ਘਰ ਸੀ ਜਿਹੜਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ, ਬੂਟਾ ਸਿੰਘ ਗਿੱਲ ਦੇ ਘਰ ਦੀਆਂ ਅਤੇ ਬੂਟਾ ਸਿੰਘ ਗਿੱਲ ਦੀਆਂ। ਕਾਫੀ ਵੱਡਾ ਕਾਰੋਬਾਰੀ ਸੀ ਜਿਸਦਾ ਕਿ ਕੈਨੇਡਾ ਦੇ ਵਿੱਚ ਕਤਲ ਕਰ ਦਿੱਤਾ ਗਿਆ ਹੈ। ਤਾਂ ਇਸ ਵੇਲੇ ਦੀ ਵੱਡੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਮਸ਼ਹੂਰ ਪੰਜਾਬੀ ਬਿਲਡਰ ਦਾ ਕਤਲ ਕਰ ਦਿੱਤਾ ਗਿਆ ਹੈ। ਦਿਨ ਦਿਹਾੜੇ ਗੋਲੀਆਂ ਮਾਰੀਆਂ ਗਈਆਂ ਨੇ ਪੰਜਾਬੀ ਬਿਲਡਰ ਬੂਟਾ ਸਿੰਘ ਗਿੱਲ ਨੂੰ। ਤਸਵੀਰ ਦਿਖਾ ਰਹੇ ਹਾਂ ਤੁਹਾਨੂੰ, ਇਹ ਉਹ ਕਰੋੜਪਤੀ ਹੈ ਜਿਸਨੇ ਕੈਨੇਡਾ ਦੇ ਵਿੱਚ ਜਾ ਕੇ ਪੰਜਾਬ ਦਾ ਨਾਂ ਤਾਂ ਰੋਸ਼ਨ ਕੀਤਾ ਹੀ, ਪੰਜਾਬ ਦੇ ਲਈ ਵੀ ਬਹੁਤ ਕੁਝ ਕੀਤਾ ਇਸ ਸ਼ਖਸ ਨੇ। ਤਾਂ ਇਸਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਹੈ ਉਸਾਰੀ ਵਾਲੀ ਥਾਂ ਤੇ, ਜਿੱਥੇ ਬਿਲਡਿੰਗ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਉਸ ਥਾਂ ਤੇ ਜਿਹੜੀ ਸਾਈਟ ਦਾ ਇੰਸਪੈਕਸ਼ਨ ਕਰਨ ਗਿਆ ਸੀ ਬੂਟਾ ਸਿੰਘ ਗਿੱਲ, ਕਿਉਂਕਿ ਬਿਲਡਰ ਹੈ, ਵੱਡੀ ਵੱਡੀ ਬਿਲਡਿੰਗਾਂ ਬਣਾਉਂਦੇ ਸੀ, ਬੂਟਾ ਸਿੰਘ ਗਿੱਲ ਇੰਸਪੈਕਸ਼ਨ ਕਰਨ ਗਿਆ ਸੀ, ਤਾਂ ਉਸਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਤਾਂ ਦੱਸ ਦਈਏ ਕਿ ਕੈਨੇਡਾ ਦੇ ਗੁਰਦੁਆਰਾ ਨਾਨਕ ਸਿੰਘ ਟੈਂਪਲ ਦਾ ਵੀ ਚੇਅਰਮੈਨ ਸੀ ਬੂਟਾ ਸਿੰਘ ਗਿੱਲ, ਤਾਂ ਪਿੰਡ ਲਾਂਦਰਾਂ ਦਾ ਰਹਿਣ ਵਾਲਾ ਸੀ, ਫਲੌਰ ਦੇ ਨੇੜੇ ਪਿੰਡ ਆਉਂਦਾ ਇਹ ਪਿੰਡ ਲਾਂਦਰਾਂ, ਜਿੱਥੋਂ ਦਾ ਰਹਿਣ ਵਾਲਾ ਸੀ ਬੂਟਾ ਸਿੰਘ, ਜਿਸਦੀ ਹਵੇਲੀ ਕੋਠੀ ਤੁਹਾਨੂੰ ਦਿਖਾ ਰਹੇ ਹਾਂ। ਕਾਫੀ ਵੱਡਾ ਸ਼ਖਸ ਸੀ, ਕਾਫੀ ਪੈਸਿਆਂ ਵਾਲਾ ਧਨਾੜ ਸੀ। ਤਾਂ ਦੱਸ ਦਈਏ ਕਿ ਮਿਲਵੁੱਡ ਰੀਕ ਸੈਂਟਰ ਦੇ ਨੇੜੇ ਬੂਟਾ ਸਿੰਘ ਦੀ ਲਾਸ਼ ਮਿਲੀ ਹੈ, ਬਿਲਡਿੰਗ ਉਸਾਰੀ ਵਾਲੀ ਥਾਂ ਤੇ ਇਸ ਨੂੰ ਗੋਲੀਆਂ ਮਾਰੀਆਂ ਗਈਆਂ ਨੇ। ਤਾਂ ਵੱਡੀ ਖਬਰ ਹੈ, ਬੇਹੱਦ ਮੰਦਭਾਗੀ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ। ਹਾਲਾਂਕਿ
ਇਸ ਕਤਲ ਦੀ ਜ਼ਿੰਮੇਵਾਰੀ ਹੁਣ ਤੱਕ ਕਿਸੇ ਨੇ ਨਹੀਂ ਲਈ ਹੈ ਜਾਂ ਹੁਣ ਤੱਕ ਕਿਸੇ ਵੀ ਗਰੁੱਪ ਜਾਂ ਫਿਰ ਪੁਰਾਣੀ ਰੰਜਿਸ਼ ਕੋਈ ਵੀ ਹਾਲੇ ਤੱਕ ਗੱਲ ਸਾਹਮਣੇ ਨਹੀਂ ਆਈ। ਪਰ ਵੱਡੀ ਖਬਰ ਹੈ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬੀ ਮਸ਼ਹੂਰ ਕਰੋੜਪਤੀ ਦਾ ਕਤਲ ਕਰ ਦਿੱਤਾ ਗਿਆ ਹੈ ਤਾਂ ਪੰਜਾਬ ਦਾ ਨਾਂ ਰੋਸ਼ਨ ਕਰਨ ਵਾਲਾ ਬੂਟਾ ਸਿੰਘ ਗਿੱਲ ਜਿਸ ਦੀ ਲਾਸ਼ ਮਿਲੀ ਹੈ ਮਿਲਵੁੱਡ ਰਿਕ ਸੈਂਟਰ ਦੇ ਕੋਲ। ਤਾਂ ਦੱਸ ਦਈਏ ਕਿ ਬੂਟਾ ਸਿੰਘ ਇੱਕ ਵੱਡਾ ਕਾਰੋਬਾਰੀ ਸੀ ਕੈਨੇਡਾ ਦੇ ਵਿੱਚ, ਵੱਡੀਆਂ ਵੱਡੀਆਂ ਇਮਾਰਤਾਂ ਇਸ ਦੇ ਵੱਲੋਂ ਬਣਾਈਆਂ ਗਈਆਂ। ਪੰਜਾਬ ਦਾ ਨਾਂ ਇਸਨੇ ਕਾਫ਼ੀ ਉੱਚੀ ਥਾਂ 'ਤੇ ਪਹੁੰਚਾ ਦਿੱਤਾ, ਜਿਸ ਤੋਂ ਬਾਅਦ ਕਈ ਲੋਕ ਜਲਣ ਵੀ ਲੱਗ ਗਏ ਸੀ ਇੱਥੋਂ, ਕਿਉਂਕਿ ਤੁਹਾਨੂੰ ਪਤਾ ਹੀ ਹੈ ਨਿੱਕੀ ਥਾਂ ਤੋਂ ਉੱਠ ਕੇ ਫਲੋਰ ਜੈਸੇ ਸ਼ਹਿਰ 'ਚੋਂ ਉੱਠ ਕੇ ਸ਼ਖਸ ਨੇ ਕੈਨੇਡਾ ਦੇ ਵਿੱਚ ਆਪਣਾ ਨਾਂ ਬਣਾਇਆ। ਇੰਨਾ ਵੱਡਾ ਨਾਮ ਸੀ ਬੂਟਾ ਸਿੰਘ ਗਿੱਲ ਦਾ, ਜਿਹੜਾ ਕਿ ਗੁਰਦੁਆਰਾ ਨਾਨਕ ਸਿੰਘ ਟੈਂਪਲ ਕਮੇਟੀ ਦਾ ਚੇਅਰਮੈਨ ਵੀ ਸੀ, ਤੇ ਇਸਦਾ ਕਤਲ ਕਰ ਦਿੱਤਾ ਗਿਆ ਹੈ, ਉਹ ਵੀ ਦਿਨ ਦਿਹਾੜੇ ਗੋਲੀਆਂ ਮਾਰ ਕੇ। ਤਾਂ ਵੱਡੀ ਖਬਰ ਹੈ, ਕੈਨੇਡਾ ਦੇ ਐਡਮਿੰਟਨ ਸ਼ਹਿਰ ਦਾ ਰਹਿਣ ਵਾਲਾ ਸੀ ਮਸ਼ਹੂਰ ਬਿਲਡਰ ਬੂਟਾ ਸਿੰਘ ਗਿੱਲ, ਜਿਸਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਹੈ। ਤਾਂ ਬਿਲਡਿੰਗ ਦੀਆਂ ਤੁਹਾਨੂੰ ਤਸਵੀਰਾਂ, ਉਸਦੇ ਘਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ। ਤਾਲਾ ਲੱਗਿਆ ਹੋਇਆ ਹੈ ਕਿਉਂਕਿ ਪੂਰਾ ਪਰਿਵਾਰ ਹੀ ਕੈਨੇਡਾ ਦੇ ਵਿਖੇ ਰਹਿੰਦਾ ਹੈ, ਸਾਰੇ ਰਿਸ਼ਤੇਦਾਰ ਕੈਨੇਡਾ ਦੇ ਵਿਖੇ ਰਹਿੰਦੇ ਨੇ। ਉਸਦਾ ਘਰ ਸੀ ਜਿਹੜਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਬੂਟਾ ਸਿੰਘ ਗਿੱਲ ਦੇ ਘਰ ਦੀਆਂ, ਅਤੇ ਬੂਟਾ ਸਿੰਘ ਗਿੱਲ ਦੀਆਂ ਕਾਫੀ ਵੱਡਾ ਕਾਰੋਬਾਰੀ ਸੀ ਜਿਸਦਾ ਕਿ ਕੈਨੇਡਾ ਦੇ ਵਿੱਚ ਕਤਲ ਕਰ ਦਿੱਤਾ ਗਿਆ ਹੈ।